ਨਾ ਕੋਈ ਨਹੀਂ ਇਹ ਵੀ ਇਹਦਾ ਵੀ ਕਰਦੇ ਮਸਲਾ ਜ਼ਮੀਨ ਅੱਗੇ ਆ ਤਾਰਾ ਇਹਨਾਂ ਨੇ ਬਹੁਤ ਉਦਾ ਲਾਈਆਂ ਉਹ ਡਬਲ ਆ ਅੱਗੇ ਬਾਰਡਰ ਤੇ ਲਾ ਕੇ ਵੀ ਇੱਕ ਥੋੜੀ ਤਾਰ ਲੱਗੀ ਹੈ ਇਹ ਇਹ ਵੀ ਕਰਾਂਗੇ ਆਪਾਂ ਗੱਲ ਮਾਨ ਸਾਹਿਬ ਨੇ ਆਲਰੇਡੀ ਪਹਿਲਾਂ ਹਿੰਦੁਸਤਾਨ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਇਹ ਇਸ਼ੂ ਜਿਹੜਾ ਉਠਾਇਆ ਮੈਂ ਵੀ ਤੋਮਰ ਸਾਹਿਬ ਨੂੰ ਮਿਲਿਆ ਸੀ ਉਹਨਾਂ ਨੂੰ ਕਿਹਾ ਵੀ ਇਹ ਮਤਲਬ ਜਾਂ ਤਾਂ ਕਿਸਾਨਾਂ ਨੂੰ ਜ਼ਮੀਨ ਦੀ ਥਾਂ ਜ਼ਮੀਨ ਦਿਓ ਜਾਂ ਪੈਸੇ ਦਿਓ ਜਾਂ ਸਾਡੇ ਇਹ ਤਾਰ ਨੂੰ ਚੁੱਕ ਕੇ ਅੱਗੇ ਲੈ ਜਾਓ ਨਹੀਂ ਨਹੀਂ ਇਹ ਗਲਤ ਹੈ ਕੋਈ ਨਹੀਂ ਇਹਦੀ ਗੱਲ ਕਰਾਂਗੇ ਆਪਾਂ ਕਿਉਂਕਿ ਇਹਦੀ ਸਾਰੀ ਘੋਖ ਕਰਕੇ ਸਾਰੇ ਕਾਨੂੰਨੀ ਐਂਗਲ ਦੇਖ ਕੇ ਕਿ ਦੇਸ਼ ਦੀ ਸੁਰੱਖਿਆ ਨੂੰ ਤਾਂ ਨਹੀਂ ਕੋਈ ਏਦਾਂ ਦੀ ਗੱਲ ਹੋਊਗੀ ਸਾਰੀਆਂ ਚੀਜ਼ਾਂ ਦੇਖ ਕੇ ਫਿਰ ਇੱਥੇ ਆਪਾਂ ਪੰਜਾਬ ਸਰਕਾਰ ਟਾਈਮਿੰਗ ਨੂੰ ਲੈ ਕੇ ਕਿਸਾਨਾਂ ਦੀ ਮੰਗ ਹੈ ਕਿ ਉਹਨੂੰ ਵਧਾਇਆ ਜਾਵੇ ਉਹਦੇ ਸੰਬੰਧੀ ਵੀ ਕੇਂਦਰ ਨਾਲ ਗੱਲ ਕੀਤੀ ਜਾਵੇਗੀ ਕਿੱਥੇ ਜਾਊਗੀ ਇਹਦੇ ਸੰਬੰਧੀ ਮੈਂ ਪਹਿਲਾਂ ਵੀ ਲਿਖ ਕੇ ਦਿੱਤਾ ਸੀ ਹੁਣ ਦੁਬਾਰਾ ਫਿਰ ਕਿਉਂਕਿ ਗੁਜਰਾਤ ਦੀਆਂ ਇਲੈਕਸ਼ਨਾਂ ਸਭ ਲੋਕ ਉਧਰ ਬਿਜੀ ਆ ਬੀਜੇਪੀ ਦੇ ਲੀਡਰ ਵੀ ਇੱਥੋਂ ਪੰਜ ਤੋਂ ਬਾਅਦ ਜਾ ਕੇ ਇਹ ਟਾਈਮਿੰਗ ਦੀ ਜਿਹੜੀ ਇੱਥੇ ਵੀ ਪ੍ਰੋਬਲਮ ਹੈ ਨਾਲੇ ਵੀ ਪ੍ਰੋਬਲਮ ਆ ਅੱਗੇ ਡੇਰੇ ਬਾਬੇ ਨਾਨਕ ਦੇ ਲਾ ਕੇ ਪ੍ਰੋਬਲਮ ਇਹ ਟਾਈਮਿੰਗ ਜਿਹੜੀ ਆ ਇਹ ਆਪਾਂ ਹੋਮ ਮਿਨਿਸਟਰ ਨੂੰ ਮਿਲ ਕੇ 4 ਤਰੀਕ ਨੂੰ ਹੋਮ ਮਿਨਿਸਟਰ ਮਸਲਾ ਆ ਰਹੇ ਜੇ ਟਾਈਮ ਮਿਲ ਗਿਆ ਉਦੋਂ ਵੀ ਉਹਨਾਂ ਨਾਲ ਗੱਲ ਕਰਾਂਗੇ ਕਿ ਜਿਹੜਾ ਜੀ ਇਹਨੂੰ ਟਾਈਮਿੰਗ ਜਿਹੜੀ ਸਾਡੀ ਠੀਕ ਕਰਕੇ ਦਿਓ ਮਤਲਬ ਆਪਾਂ ਕਰਾਂਗੇ ਕੋਈ ਗੱਲ ਨਹੀਂ ਸਾਰਿਆਂ ਦੇ ਨਾਲ ਨਹੀਂ ਜੀ ਉਹ ਬਹੁਤ ਗਲਤ ਆ ਜਿਹੜਾ ਇਹ ਇਹ ਜਿਹੜਾ ਇਹਨਾਂ ਨੇ ਇੱਥੇ ਨਿਯਮ ਜਿਹੇ ਬਣਾਏ ਨਾ ਇਹਨਾਂ ਦੇ ਨਿਯਮਾਂ ਬਾਰੇ ਆਪਾਂ ਗੱਲ ਕਰਾਂਗੇ ਹੋਮ ਮਿਨਿਸਟਰੀ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਇਆ ਸਿੰਘ ਸਾਬਕਾ ਸਰਪੰਚ ਪਿੰਡ ਕੱਕੜ ਜੋ ਆਪਾਂ ਇੱਥੇ ਤਾਰਾਂ ਦੇ ਲਾਗੇ ਖਲੋਤੇ ਹਾਂ ਜੀ ਇੱਥੋਂ 5-6 ਕਿਲੋਮੀਟਰ ਬਾਰਡਰ ਆ ਇੱਕ ਸਾਡੀ ਤੋਤਾ ਪੋਸਟ ਹੈ ਅੱਗੇ ਜਦੋਂ ਸਰਵਾ ਆਇਆ ਸੀ ਤੋਤਾ ਸਾਡਾ ਜਿਹੜਾ ਰਾਵੀ ਦਰਿਆ ਨਾ ਤੋਤਾ ਪੋਸਟ ਦੇ ਥੱਲੇ ਵਗਦਾ ਅੱਜ ਤੋਂ 10-12 ਸਾਲ ਪਹਿਲਾਂ ਸਾਡੇ ਬਾਗ ਸਨ ਸਾਡੇ ਜ਼ਮੀਨਾਂ ਵਗਦੀਆਂ ਖੂਹ ਸਨ ਇਹ ਢਾਹ ਲਾਉਂਦਾ ਲਾਉਂਦਾ ਰਾਵੀ ਦਰਿਆ ਜਿਹੜਾ ਇੱਧਰ ਆ ਗਿਆ ਫਿਰ ਵੀ ਸਾਡੇ ਲੋਕ ਕਿਸ਼ਤੀਆਂ 'ਤੇ ਜਾ ਕੇ ਬੇੜੀਆਂ ਦੇ ਦਰਿਆਓਂ ਪਾਰ ਖੇਤੀ ਕਰਦੇ ਸੀ 84 ਤੋਂ ਬਾਅਦ ਸਾਨੂੰ ਨਾ ਇਹਨਾਂ ਖੇਤੀ ਕਰਨ ਦਿੱਤੀ ਦਰਿਆਓਂ ਪਾਰ ਅਤੇ ਸਾਡੀ ਜਿਹੜੀ ਤਾਰ ਆ ਉਹ ਵੀ ਦਰਿਆ ਦੇ ਪਿਛਲੇ ਬੰਨੇ 4-5 ਕਿਲੋਮੀਟਰ ਪਿੱਛੇ ਲਾ ਦਿੱਤੀ ਆ ਇਹ ਬੜੇ ਅਸੀਂ ਕੋਸ਼ਿਸ਼ਾਂ ਕੀਤੀਆਂ ਮੈਂ ਹੀ 15 ਸਾਲ ਸਰਪੰਚ ਰਿਹਾ ਉਦੋਂ ਵੀ ਬੜੀਆਂ ਦਰਖਾਸਤਾਂ ਦਿੱਤੀਆਂ ਇੱਥੇ ਅਡਵਾਨੀ ਸਾਹਿਬ ਆਏ ਬਾਦਲ ਸਾਹਿਬ ਆਏ ਮੁੱਖ ਮੰਤਰੀ ਸਨ ਉਦੋਂ ਵੀ ਮੈਂ ਉੱਥੇ ਡਰੇਨ 'ਤੇ ਚੜ੍ਹ ਕੇ ਉਹਨਾਂ ਸਾਰੀ ਗੱਲ ਸਮਝਾਈ ਹੁਣ ਸਾਡੀ ਤਾਰ ਜਿਹੜੀ ਉਹ ਬਿਲਕੁਲ ਬੜ ਦੇ ਲੱਗ ਗਈ ਆ ਪਰ ਆਹ ਜਿਹੜੀ ਤਾਰ 5-4 ਕਿਲੋਮੀਟਰ ਪਿੱਛੇ ਆ ਇਹ ਸਾਨੂੰ ਐਡੀ ਗੁਲਾਮੀ ਆ ਕਿ ਸਾਡਾ ਜੇ ਆ ਕਿਤੇ ਫੁੱਲ ਤਾਰ ਨਹੀਂ ਹੁੰਦੇ ਨੇ ਵੇਖੋ 1/2 ਕਿਲੋਮੀਟਰ ਨਹੀਂ ਗਿਆ ਇੱਥੋਂ 2-3 ਕਿੱਲੇ ਨੇ ਇਹ ਵੀ ਸਾਡੇ 2 ਬੰਦੇ ਜਾਣ ਦਿੰਦੇ ਨੇ ਇਸ ਵਾਸਤੇ ਜਿਹੜੀ ਤਾਰ ਆ ਇਹ ਸਾਰੀ ਬਿਲਕੁਲ ਜਿੱਥੇ ਬਾਰਡਰ 'ਤੇ ਗਈ ਆ ਅਤੇ BSA ਤਾਰ ਪੁੱਟ ਕੇ ਜਿਹੜੀ ਆ ਇਹ ਸਾਡੇ ਜਿਹੜੀ ਗੁਲਾਮੀ ਕੋਲੋਂ ਲੈਣੀ ਚਾਹੀਦੀ ਆ ਜ਼ਮੀਨਾਂ ਕਿੰਨੀ ਕਿਆ ਜਿਹੜੀ ਮੈਂ 12-13 ਸੌ ਏਕੜ ਜ਼ਮੀਨ ਆ ਜੀ ਅੱਛਾ ਜੀ ਕੋਈ ਸਰਕਾਰ ਨੇ 500-600 ਏਕੜ ਜ਼ਮੀਨ ਜਿਹੜਾ ਐਗਰੀਕਲਚਰ ਨੇ ਫਾਰਮ ਬਣਾਇਆ ਉਹੀ ਇੰਨਾ 50-60 ਕਰੋੜ ਰੁਪਈਆ ਲਾਇਆ ਉਹੀ ਸਾਰਾ ਵੇਲਾ ਹੋ ਗਿਆ ਬੰਬੀਆਂ ਲੱਗੀਆਂ ਕਿਉਂਕਿ ਇੱਥੇ ਜਾਣ ਦਾ ਟਾਈਮ ਉਹਨੇ ਟਾਈਮ ਨਾਲ ਜਾਂਦੇ ਆ ਟਾਈਮ ਨਾਲ ਆਉਣ ਦਿੰਦੇ ਕਈ ਵਾਰ ਜਾਣ ਨਹੀਂ ਦਿੰਦੇ ਰਾਵੀ ਤੋਂ ਬਾਹਰ ਤਾਂ ਬਿਲਕੁਲ ਨਹੀਂ ਬਣਦੇ ਜ਼ਮੀਨਾਂ ਆ ਉੱਪਰ ਉਹ ਬਾਅਦ ਨੇ ਕਿ ਨਹੀਂ ਜ਼ਮੀਨਾਂ ਬਿਲਕੁਲ ਜੰਗਲ ਪਿਆ ਜੀ ਸੂਰ ਆ ਜਿਹੜੇ ਲੋਕਾਂ ਦੀ ਜਿਹੜੀ ਖੇਤੀ ਕਰਦੇ ਨੇ ਤਾਰੋਂ ਦੇ ਬਾਹਰ ਥੋੜ੍ਹੀ ਬਹੁਤੀ ਉਹੀ ਸੂਰ ਖਾ ਜਾਂਦੇ ਨੇ ਕੀ ਮੰਗ ਕਰਦੇ ਜੀ ਤੁਸੀਂ ਅਸੀਂ ਤਾਂ ਇਹੋ ਮੰਗ ਕਰਦੇ ਹਾਂ ਜਿਹੜੀ ਤਾਰ ਲੱਗੀ ਆ ਅਗਲੇ ਬੰਨੇ ਬਾਰਡਰ 'ਤੇ ਇਹ ਜਿਹੜੀ ਆ ਤਾਰ ਇਹ ਪਿੱਛੋਂ ਪੁੱਟ ਕੇ ਤਾਰ ਇੱਥੇ ਜਿਹੜਾ BSF ਦਾ ਸਾਰਾ ਪੈਰਾ ਉੱਥੇ ਅੱਗੇ ਨਿਕਲਣਾ ਚਾਹੀਦਾ ਕਿਉਂਕਿ BSF ਨੂੰ 5-6 ਕਿਲੋਮੀਟਰ ਜਿਹੜਾ ਉਹਨਾਂ ਏਰੀਆ ਕਵਰ ਹੋ ਜਾਏ ਇੱਕ ਸਿਰਫ 1/2 ਕਿਲੋਮੀਟਰ ਨਹੀਂ ਰਾਵੀ ਦਰਿਆ ਉਹਦੀ ਸੁਰੱਖਿਆ ਦੇ ਕਾਰਨ ਇਹਨਾਂ 6-7 ਕਿਲੋਮੀਟਰ ਜਿਹੜੀ ਤਾਰ ਹੀ ਪਿੱਛੇ ਲਵਾਤੀ ਆ ਅਤੇ BSF ਤੋਂ ਜ਼ਿਆਦਾ ਜਿਹੜਾ ਡਿਊਟੀ ਜ਼ਿਆਦਾ ਉਹਨਾਂ ਦੀ BSF ਅਧਿਕਾਰੀ ਵੀ ਤੁਹਾਨੂੰ ਪਰੇਸ਼ਾਨ ਕਰਦੇ ਨੇ ਨਹੀਂ ਇੱਥੇ ਵੀ ਜਦੋਂ ਪਰਚੀ ਸਿਸਟਮ ਆ ਪਰਚੀ ਨਾਲ ਜਾਣ ਦੇਣਾ ਆਹ ਵੇਖੋ ਨਾ ਰਾਵੀ ਬਿਲਕੁਲ ਥੱਲੇ ਆ ਜੇ ਅਸੀਂ ਫੁੱਲ ਤਾਰ ਜਾਣਾ ਨਾ ਸਾਡੇ 2 ਬੰਦੇ ਨੇ ਜਾਣ ਦੇਣੇ ਆ ਉਹ ਵੀ ਇਹਨਾਂ ਆਈਡੈਂਟੀ ਕਾਰਡ ਲੈ ਕੇ ਬੜੀ ਗੁਲਾਮੀਆਂ ਨਾਲ ਪਿੱਛੋਂ ਲਿਖਵਾ ਕੇ ਲਓ ਫਿਰ ਟੈਲੀਫੋਨ ਕਰਾਓ ਫਿਰ ਅਸੀਂ ਫੁੱਲ ਤਾਰ ਜਾਂਦੇ ਹਾਂ ਤੁਹਾਡੀਆਂ ਜ਼ਮੀਨਾਂ ਤੁਹਾਨੂੰ ਨਹੀਂ ਅੱਗੇ ਜਾਣ ਦਿੱਤਾ ਤੁਹਾਨੂੰ ਕਿੱਦਾਂ ਦਾ ਲੱਗਦਾ ਸਾਡੀ ਇਹੋ ਜਿਹੀ ਸਾਨੂੰ ਗੁਲਾਮੀ ਹੋ ਰਹੀ ਹੈ ਸਾਡੀ ਸਾਡੀ ਜ਼ਮੀਨ ਹੋਵੇ ਸਾਡੇ ਇੱਥੇ ਰਾਵੀ ਪਾਰ ਮਾਲ ਡੰਗਰ ਜਾਂਦਾ ਸੀ ਪਾਣੀ ਪੀਂਦੇ ਸੀ ਹੁਣ ਪਾਕਿਸਤਾਨ ਦੇ ਡੰਗਰ ਹੁੰਦੇ ਤਾਰ ਲੱਗ ਗਈ ਆ ਪਾਕਿਸਤਾਨ ਦੇ ਡੰਗਰ ਸਾਡੀ ਹੱਥ ਜਾਣ ਕੇ ਚੜਦੇ ਰਹੇ ਅਤੇ ਸਾਨੂੰ ਹੁਕਮ ਨਹੀਂ ਆਏ ਇੱਥੇ ਪਾਣੀ ਡਾਉਣ ਦਾ ਡੰਗਰਾਂ ਨੂੰ ਨਾ ਪਾਰ ਜਾਣ ਦਾ ਇਸ ਸੰਬੰਧੀ ਕੋਈ ਸੈਂਟਰ 'ਚ ਤੁਸੀਂ ਸੈਂਟਰ 'ਚ ਬੜੀ ਵਾਰ ਕੋਸ਼ਿਸ਼ ਕੀਤੀ ਇੱਥੇ ਆਪਣਾ ਸਾਡੇ MP ਸਾਹਿਬ ਵੀ ਆਏ ਨੇ ਉਹਨਾਂ ਨੇ ਵੀ ਬੜੀ ਵਾਰ ਇੱਥੇ ਆਣ ਕੇ ਸਾਡੀ ਮੀਟਿੰਗਾਂ ਕੀਤੀਆਂ ਨੇ ਪਰ ਮਸਲਾ ਉੱਥੇ ਦੋ ਉੱਥੇ ਹੀ ਮੰਤਰੀ ਸਾਹਿਬ ਧਾਲੀਵਾਲ ਕੀ